हाँ जी दोस्तों स्वागत है बहुत वधिया वीडियो दे विच। अज आपां गल करांगे फोर्ड ट्रैक्टर दे इतिहास बारे, क्योंकि फोर्ड ट्रैक्टर जां फोर्ड सन ट्रैक्टर जां न्यू हॉलैंड ट्रैक्टर जां फार्म ट्रैक नाम एक किस तरह पए की इसका इतिहास आ, क्योंकि अपने सब ने शौक नाल ये ट्रैक्टर रखे जां पंजाब दे विच जां इंडिया दे विच ट्रैक्टर कदों आने शुरू होए दे किस तरीके नाल इत्थों दीआं कंपनीआं नाल कुछ संबंध होए जां बाहर दीआं कंपनीआं ने इकट्ठे संबंध करके इत्थे जिहड़े ट्रैक्टर तैयार करने शुरू कीते। इस जानकारी लई आपां काफ़ी दिन दा थोड़ी थोड़ी जानकारी इकट्ठी कर रहा सी, तां अज मैं सोचा वी तुहाडे नाल इस ट्रैक्टर दा इतिहास सांझा करिए, क्योंकि फोर्ड ट्रैक्टर इक इहो जिहा ट्रैक्टर आ जिस नूं आपां सारे ही बहुत ज़्यादा पसंद करते हैं, जिवें कि अपना मैं खुद भी इस ट्रैक्टर नूं यूज़ करता वा अपने। इस फोर्ड 3600 नूं ते इस ट्रैक्टर दा जिहड़ा इतिहास हैगा जे आपां गल करिए, उस तों पहलां जे मैं गल करां कि मैं काफ़ी इतिहास जिहड़ा हैगा इकट्ठा करके एक डायरी ते इत्थे नोट कीता होया वा, जिहदे विच कुछ कुछ जिहड़े अंश हैगे आ तुहानूं दस्सूंगा, क्योंकि अज आपां सिर्फ ट्रैक्टर बारे गल करनी आ, फोर्ड दीआं कारां बारे गल नहीं करनी। जे शुरुआत की गल करिए, शुरुआत दे विच फोर्ड ने कारां बनाउणियां शुरू कीतियां सी 1903 दे विच, ते 1907 दे विच एक एक्सपैरिमेंटल ट्रैक्टर तैयार किया गया सीगा जिसका नाम सी आटोमोबाइल पलाओ ट्रैक्टर सी, जो कि 1907 दे विच शुरू किया गया, जो कि एक सिर्फ एक्सपैरिमेंट सी कि भी इस ट्रैक्टर नूं तैयार करिए तो इस ट्रैक्टर का देखिए भी इसका की आ हिसाब किताब, तो उसमें एक गड्डी तो तैयार किया गया सीगा, सिर्फ उस गड्डी नूं ही थोड़ा जिहा उहदे विच चेंजेस करके इस ट्रैक्टर नूं उसनूं तैयार किया गया। तो उस तो बाद फिर 1915 दे विच एक ट्रैक्टर तैयार किया गया, जो कि सिर्फ एको ही ट्रैक्टर तैयार किया गया, जिवें कि पहला एक ट्रैक्टर तैयार किया गया, दूसरा भी एको ही ट्रैक्टर तैयार किया गया। तो जे इस गल्ल ते आपां करिए भी जिन्ने भी ट्रैक्टर दीआं कंपनियां बाहरलियां हैगियां वा खास करके इंग्लैंड दीआं, ਤਾਂ ਸਭ ਤੋਂ ਪਹਿਲਾਂ ਐਕਸਪੈਰੀਮੈਂਟਲ ਟਰੈਕਟਰ ਹੀ ਤਿਆਰ ਕੀਤੇ ਗਏ, ਜੋ ਕਿ ਇੱਕ ਇੱਕ ਸਿੰਗਲ ਪੀਸ ਕਾਫੀ ਟਰੈਕਟਰ ਆਪਾਂ ਨੂੰ ਅੱਜ ਵੀ ਆਪਾਂ ਜੇ ਗੂਗਲ 'ਤੇ ਸਰਚ ਮਾਰੀਏ ਤਾਂ ਦਿਖ ਜਾਂਦੇ ਆ। ਅਤੇ 1915 ਦੇ ਵਿੱਚ ਜਿਹੜਾ ਟਰੈਕਟਰ ਤਿਆਰ ਕੀਤਾ ਗਿਆ ਫੋਰਡ ਮਾਡਲ ਬੀ ਨਾਮ ਦਾ ਟਰੈਕਟਰ, ਜੋ ਕਿ ਸਿਰਫ ਇੱਕ ਟਰੈਕਟਰ ਤਿਆਰ ਕੀਤਾ ਗਿਆ, ਇਸ ਟਰੈਕਟਰ ਦੀ ਲੋਕਪ੍ਰਿਯਤਾ ਨੂੰ ਦੇਖਦੇ ਹੋਏ ਅਤੇ ਜੇ ਆਪਾਂ ਇਸਦਾ ਜੇ ਆਪਾਂ ਗੱਲ ਕਰੀਏ 16 ਹੌਸ ਪਾਵਰ ਦੇ ਵਿੱਚ ਸੀਗਾ ਅਤੇ 2 ਸਿਲੰਡਰ ਸੀ, ਇਸ ਟਰੈਕਟਰ ਦੀ ਲੋਕਪ੍ਰਿਯਤਾ ਇੰਨੀ ਕੁ ਹੋਈ ਕਿ UK ਸਰਕਾਰ ਨੇ ਅਤੇ USA ਸਰਕਾਰ ਨੇ ਫੋਰਡ ਹੈਨਰੀ ਨੂੰ ਰਿਕੁਐਸਟ ਕੀਤੀ ਕਿ ਤੁਸੀਂ ਟਰੈਕਟਰ ਹੋਰ ਜ਼ਿਆਦਾ ਤਿਆਰ ਕਰੋ। ਅਤੇ ਉਸ ਦੇ ਵਿੱਚ ਫਿਰ 1917 ਦੇ ਵਿੱਚ ਹੈਨਰੀ ਫੋਰਡ ਨੇ ਸਰਕਾਰ ਦੀ ਗੱਲ ਮੰਨੀ ਅਤੇ ਟਰੈਕਟਰ ਬਣਾਉਣੇ ਸ਼ੁਰੂ ਕੀਤੇ, ਅਤੇ 1918 ਦੇ ਵਿੱਚ ਭਾਰੀ ਮਾਤਰਾ ਦੇ ਵਿੱਚ ਟਰੈਕਟਰ ਜਿਹੜੇ ਆ ਤਿਆਰ ਹੋਣੇ ਸ਼ੁਰੂ ਹੋ ਗਏ ਸੀ। ਫਿਰ ਉਸ ਤੋਂ ਅੱਗੇ ਕੀ ਆਉਂਦਾ ਸੀਗਾ, ਜਦੋਂ ਟਰੈਕਟਰ ਤਿਆਰ ਹੋਣੇ ਸ਼ੁਰੂ ਹੋਏ ਤਾਂ ਕੀ ਸਭ ਤੋਂ ਮੇਨ ਸੀ ਕਿ ਇਸ ਦਾ ਨਾਮ ਕੀ ਰੱਖਿਆ ਜਾਵੇ, ਜਿਵੇਂ ਕਿ ਫੋਰਡ ਸਨ ਨਾਮ ਜਿਹੜਾ ਸੀਗਾ ਉਹ ਕਿਵੇਂ ਰੱਖਿਆ ਗਿਆ। ਅਤੇ ਹੈਨਰੀ ਫੋਰਡ ਨੇ ਫਿਰ ਕੀ ਕੀਤਾ ਕਿ ਆਪਣਾ ਜੋ ਬ੍ਰਾਂਡ ਨਾਮ ਸੀਗਾ, ਗੱਡੀਆਂ ਦਾ ਬ੍ਰਾਂਡ ਨਾਮ ਸੀਗਾ ਫੋਰਡ ਐਂਡ ਸਨ, ਅਤੇ ਉਸੇ ਦੇ ਨਾਮ ਦੇ ਹਿਸਾਬ ਨਾਲ ਰੱਖਿਆ ਗਿਆ ਫਿਰ ਫੋਰਡ ਸਨ, ਜੋ ਟਰੈਕਟਰਾਂ ਦਾ ਨਾਮ ਰੱਖਿਆ ਗਿਆ ਫੋਰਡ ਸਨ ਟਰੈਕਟਰ ਰੱਖਿਆ ਗਿਆ। ਅਤੇ ਉਸ ਤੋਂ ਬਾਅਦ ਉਹ ਟਰੈਕਟਰ ਫਿਰ ਸ਼ੁਰੂ ਕੀਤੇ ਗਏ, ਪਹਿਲੇ ਟਰੈਕਟਰ ਦਾ ਨਾਮ ਜੋ ਰੱਖਿਆ ਗਿਆ ਸੀ ਫੋਰਡ ਸਨ ਮਾਡਲ ਐਫ, ਜੋ ਕਿ 20 ਹੌਸ ਪਾਵਰ ਦੇ ਵਿੱਚ ਟਰੈਕਟਰ ਸੀ ਅਤੇ 4 ਸਿਲੰਡਰ ਦੇ ਵਿੱਚ ਸੀ। ਇਹ ਟਰੈਕਟਰ 1917 ਤੋਂ 1928 ਤੱਕ ਡੀਅਰਬੋਰਨ USA ਦੇ ਵਿੱਚ ਬਣਾਇਆ ਗਿਆ ਸ਼ੁਰੂਆਤ ਦੇ ਵਿੱਚ। ਉਸ ਤੋਂ ਬਾਅਦ ਜੇ ਗੱਲ ਕਰੀਏ 1919 ਤੋਂ 1932 ਤੱਕ ਦੂਸਰੀ ਜਿਹੜੀ ਇਸ ਦਾ ਜਿੱਥੇ ਇਹਨੂੰ ਤਿਆਰ ਕਰਨਾ ਸ਼ੁਰੂ ਕੀਤਾ ਗਿਆ ਕੋਰਕ ਆਈਲੈਂਡ ਇੰਗਲੈਂਡ ਦੇ ਵਿੱਚ। ਫਿਰ 1933 ਤੋਂ ਲੈ ਕੇ 1964 ਤੱਕ ਡੈਜਨਹਾਮ ਇੰਗਲੈਂਡ ਦੇ ਵਿੱਚ ਇਹ ਟਰੈਕਟਰ ਜਿਹੜਾ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਗਿਆ। ਉਸ ਤੋਂ ਬਾਅਦ ਹੈਨਰੀ ਫੋਰਡ ਨੇ UK ਦੇ ਹੈਰੀ ਫਰਗੂਸਨ ਨਾਲ ਸੰਪਰਕ ਕੀਤਾ, ਉਹਨਾਂ ਨਾਲ ਮਿਲ ਕੇ ਇੱਕ ਨਵੀਂ ਤਕਨੀਕ ਦਾ ਟਰੈਕਟਰ ਜਿਹੜਾ ਤਿਆਰ ਕੀਤਾ ਜਿਸ ਦਾ ਨਾਮ ਰੱਖਿਆ ਗਿਆ Ford & 9 Series। ਇੱਕ ਨਵੀਂ ਤਕਨੀਕ ਦਾ ਟਰੈਕਟਰ ਸੀ ਜਿਹੜਾ ਲਾਂਚ ਕੀਤਾ ਗਿਆ ਹੈਰੀ ਫਰਗੂਸਨ ਅਤੇ ਹੈਨਰੀ ਫੋਰਡ ਨੇ ਜੋ ਮਿਲ ਕੇ ਤਿਆਰ ਕੀਤਾ ਸੀ। ਹੁਣ ਗੱਲ ਕਰਦੇ ਹਾਂ ਜੇ ਆਪਾਂ ਭਾਰਤ ਦੇ ਵਿੱਚ ਟਰੈਕਟਰ ਕਿਵੇਂ ਆਇਆ ਅਤੇ ਭਾਰਤ ਨਾਲ ਸੰਬੰਧ ਕਿਵੇਂ ਬਣੇ, ਤਾਂ ਜਿਵੇਂ ਤੁਹਾਨੂੰ ਪਤਾ ਹੀ ਆ ਕਿ ਜ਼ਿਆਦਾਤਰ ਟਰੈਕਟਰ ਜਿਹੜੇ ਸੀਗੇ ਸ਼ੁਰੂਆਤ ਦੇ ਵਿੱਚ ਇੰਪੋਰਟ ਹੋਏ ਆ ਬਾਹਰੋਂ ਇੰਗਲੈਂਡ ਦੇ ਵਿੱਚੋਂ ਜਾਂ USA ਦੇ ਵਿੱਚੋਂ। ਤਾਂ ਇੰਪੋਰਟ ਹੋਣ ਤੋਂ ਬਾਅਦ ਫਿਰ ਕੀ ਹੋਇਆ, ਫਿਰ 1969 ਦੇ ਵਿੱਚ ਸਕੌਟ ਦੇ ਨਾਲ ਇੱਕ ਡੀਲ ਕੀਤੀ ਗਈ ਫੋਰਡ ਹੈਨਰੀ ਵੱਲੋਂ ਫੋਰਡ ਸਨ ਵੱਲੋਂ ਕਿ ਆਪਾਂ ਟਰੈਕਟਰ ਦਾ ਇੱਥੇ ਜਦੋਂ ਜ਼ਿਆਦਾ ਕਿਸਾਨਾਂ ਨੇ ਇਹਨਾਂ ਟਰੈਕਟਰਾਂ ਨੂੰ ਪਸੰਦ ਕਰਨਾ ਸ਼ੁਰੂ ਕੀਤਾ
ਕਿ ਟਰੈਕਟਰ ਬਹੁਤ ਵਧੀਆ ਸੀ, ਟਰੈਕਟਰਾਂ ਦੀ ਸੇਲ ਵਧੀ। ਤਾਂ ਫਿਰ ਸਕੌਟ ਦੇ ਨਾਲ 1969 ਦੇ ਵਿੱਚ ਸਮਝੌਤਾ ਹੋਇਆ ਅਤੇ ਭਾਰਤ ਵਿੱਚ ਫੂਡ ਟਰੈਕਟਰਾਂ ਨੂੰ ਅਸੈਂਬਲ ਕਰਨਾ ਸ਼ੁਰੂ ਕਰ ਦਿੱਤਾ ਗਿਆ। ਉਦੋਂ ਵੀ ਸਿਰਫ ਅਸੈਂਬਲ ਕੀਤੇ ਜਾਂਦੇ ਸੀ, ਬਾਹਰੋਂ ਸਮਾਨ ਆਉਂਦਾ ਸੀ ਅਤੇ ਇੱਥੇ ਅਸੈਂਬਲ ਕਰਕੇ ਟਰੈਕਟਰ ਸੇਲ ਕਰ ਦਿੱਤਾ ਜਾਂਦਾ ਸੀ। ਫੋਰਡ ਨੇ ਆਪਣੇ ਬਿਜ਼ਨਸ ਨੂੰ ਵਧਾਉਣ ਲਈ 1986 ਵਿੱਚ ਸਪੈਰੀ ਪਲੱਸ ਨਿਊ ਹੋਲੈਂਡ ਨੂੰ ਖਰੀਦ ਲਿਆ। ਸਭ ਤੋਂ ਪਹਿਲਾਂ ਜੇ ਹੁਣ ਆਪਾਂ ਗੱਲ ਕਰੀਏ ਕਿਉਂਕਿ ਫੋਰਡ ਦੇ ਨਾਲ ਨਿਊ ਹੋਲੈਂਡ ਦਾ ਨਾਮ ਕਿਵੇਂ ਜੁੜਦਾ ਵਾ, ਕਿਉਂਕਿ ਅੱਜ ਆਪਾਂ ਉਹੀ ਗੱਲ ਕਰਨੀ ਹੈ ਨਿਊ ਹੋਲੈਂਡ ਕਿਵੇਂ ਆਇਆ ਫੋਰਡ ਦੇ ਵਿੱਚ। ਸਪੈਰੀ ਪਲੱਸ ਨਿਊ ਹੋਲੈਂਡ ਇੱਕ ਕੰਪਨੀ ਸੀ ਜਿਸ ਨੂੰ ਫੋਰਡ ਨੇ ਖਰੀਦਿਆ ਅਤੇ ਆਪਣਾ ਨਾਮ ਫੋਰਡ ਨਿਊ ਹੋਲੈਂਡ ਰੱਖਿਆ ਗਿਆ ਅਤੇ ਇਸ 'ਤੇ ਨਾਂ ਇਸ ਨਾਮ ਨਾਲ ਫਿਰ ਟਰੈਕਟਰ ਬਣਨੇ ਸ਼ੁਰੂ ਹੋਏ। ਪਰ 1991 'ਚ ਫੋਰਡ ਨੇ ਆਪਣਾ ਬਿਜ਼ਨਸ ਫੀਅਟ ਐਗਰੀ ਕੰਪਨੀ ਨੂੰ ਵੇਚ ਦਿੱਤਾ ਸੀ, ਕਿਉਂਕਿ ਗੱਡੀਆਂ ਦਾ ਬਿਜ਼ਨਸ ਬਹੁਤ ਵੱਡਾ ਸੀ ਅਤੇ ਨਾਲ ਨਾਲ ਟਰੈਕਟਰਾਂ ਦਾ ਬਿਜ਼ਨਸ ਜਦੋਂ ਵੱਡਾ ਹੋਣਾ ਸ਼ੁਰੂ ਹੋਇਆ ਤਾਂ ਫਿਰ ਫੀਅਟ ਐਗਰੀ ਕੰਪਨੀ ਜਿਹੜੀ ਆ ਉਸ ਨੂੰ ਬਿਜ਼ਨਸ ਵੇਚ ਦਿੱਤਾ ਗਿਆ। ਇੱਕ ਐਗਰੀਮੈਂਟ ਹੋਇਆ ਕਿ ਫੀਅਟ ਐਗਰੀ ਜੋ ਟਰੈਕਟਰ ਦਾ ਬ੍ਰਾਂਡ ਨਾਮ ਫੋਰਡ ਆ ਉਸ ਨੂੰ ਵਰਤ ਸਕਦੀ ਆ ਅਤੇ 2007 ਤੱਕ ਵਰਤਣ ਲਈ ਦੇ ਦਿੱਤਾ ਗਿਆ ਕਿ 2007 ਤੱਕ ਤੁਸੀਂ ਫੋਰਡ ਦੇ ਨਾਮ 'ਤੇ ਫੋਰਡ ਦੇ ਬ੍ਰਾਂਡ 'ਤੇ ਆਪਣੇ ਟਰੈਕਟਰ ਤਿਆਰ ਕਰ ਸਕਦੇ ਹੋ। ਇਸ ਕਾਰਨ ਫੀਅਟ ਐਗਰੀ ਨੇ 1999 ਤੱਕ ਫੋਰਡ ਨੂੰ ਯੂਜ਼ ਕੀਤਾ, ਫੋਰਡ ਨਾਮ ਨੂੰ ਯੂਜ਼ ਕੀਤਾ। ਪਰ 1999 ਦੇ ਵਿੱਚ ਫਿਰ ਨਿਊ ਹੋਲੈਂਡ, ਕਿਉਂਕਿ ਜੋ ਕਿ ਪਹਿਲਾਂ ਹੀ ਫੋਰਡ ਨੇ ਇਸ ਕੰਪਨੀ ਨੂੰ ਖਰੀਦਿਆ ਹੋਇਆ ਸੀ, ਇਸ ਬ੍ਰਾਂਡ ਨੂੰ ਖਰੀਦਿਆ ਹੋਇਆ ਸੀ, ਤਾਂ ਨਿਊ ਹੋਲੈਂਡ ਨੂੰ ਖਰੀਦਣ ਦੇ ਕਰਕੇ ਇਸ ਦਾ ਨਾਮ ਫਿਰ ਨਿਊ ਹੋਲੈਂਡ ਰੱਖ ਕੇ ਵੇਚਣਾ ਸ਼ੁਰੂ ਕਰ ਦਿੱਤਾ। ਕਿਉਂਕਿ 2000 ਤੱਕ ਫੋਰਡ ਦਾ ਸਮਝੌਤਾ ਸੀ ਕਿ 2007 ਤੱਕ ਹੀ ਤੁਸੀਂ ਸਾਡੇ ਬ੍ਰਾਂਡ 'ਤੇ ਟਰੈਕਟਰ ਤਿਆਰ ਕਰ ਸਕਦੇ ਹੋ। ਅਤੇ ਇਸ ਤੋਂ ਬਾਅਦ ਆਪਾਂ ਜੇ ਜ਼ਿਕਰ ਕਰੀਏ ਸਕੌਟ ਦਾ, ਕਿਉਂਕਿ ਆਪਾਂ ਇਸ ਤੋਂ ਪਹਿਲਾਂ ਇੱਕ ਜ਼ਿਕਰ ਕੀਤਾ ਸਕੌਟ ਕੰਪਨੀ ਦਾ ਕਿ ਸਕੌਟ ਨੇ ਵੀ ਸਮਝੌਤਾ ਕਰਕੇ ਟਰੈਕਟਰ ਇੱਥੇ ਸ਼ੁਰੂ ਕੀਤੇ ਸੀਗੇ ਤਿਆਰ ਕਰਨੇ ਜਾਂ ਸ਼ੁਰੂ ਕੀਤੇ ਵੇਚਣੇ। ਤਾਂ 1996 ਦੇ ਵਿੱਚ ਸਕੌਟ ਜੋ ਆ ਫੋਰਡ ਤੋਂ ਅਲੱਗ ਹੋ ਗਿਆ ਸੀ, ਅਤੇ ਕਿਉਂਕਿ ਫੋਰਡ ਜੋ ਸੀਗਾ ਨਿਊ ਹੋਲੈਂਡ ਪਹਿਲਾਂ ਹੀ ਬਣ ਗਿਆ ਸੀਗਾ, ਕਿਉਂਕਿ ਨਿਊ ਹੋਲੈਂਡ ਜੋ ਕੰਪਨੀ ਦਾ ਬ੍ਰਾਂਡ ਨੇਮ ਸੀ ਉਹ ਖਰੀਦਿਆ ਹੋਇਆ ਸੀ, ਕੰਪਨੀ ਖਰੀਦੀ ਹੋਈ ਸੀ। ਤਾਂ ਸਕੌਟ ਅਤੇ ਫੋਰਡ ਅਲੱਗ ਹੋਏ 1996 ਦੇ ਵਿੱਚ, ਅਤੇ ਸਕੌਟ ਨੇ ਫਿਰ ਆਪਣੇ ਅਲੱਗ ਤੋਂ ਟਰੈਕਟਰ ਜਿਵੇਂ ਫਾਰਮ ਟਰੈਕ, ਡੀਜੀ ਟਰੈਕ ਜਾਂ ਹੋਰ ਵੀ ਕਾਫੀ ਟਰੈਕਟਰ ਜੋ ਆ ਤਿਆਰ ਕਰਨੇ ਸ਼ੁਰੂ ਕੀਤੇ ਉਸ ਬ੍ਰਾਂਡ 'ਤੇ। ਤਾਂ ਸਕੌਟ ਨੇ ਤਾਂ ਆਪਣੇ ਟਰੈਕਟਰ ਜਿਵੇਂ ਤਿਆਰ ਕਰਨੇ ਸ਼ੁਰੂ ਕਰ ਹੀ ਦਿੱਤੇ ਸੀ ਅਲੱਗ ਤੋਂ, ਅਤੇ ਫੋਰਡ ਜੋ ਸੀਗਾ ਨਿਊ ਹੋਲੈਂਡ ਬਣ ਗਿਆ। ਕਿਉਂਕਿ ਹੁਣ ਕਾਫੀ ਵੀਰਾਂ ਨੂੰ ਇਹ ਭੁਲੇਖਾ ਹੁੰਦਾ ਯਾਰ ਵੀ ਨਿਊ ਹੋਲੈਂਡ ਪਹਿਲਾਂ ਸੀ ਜਾਂ ਕੀ ਇਹ ਫੋਰਡ ਹੀ ਨਾਮ ਪਹਿਲਾਂ ਸੀਗਾ। ਅੱਜ ਆਪਣਾ ਇਹੀ ਸੀਗਾ ਕਿ ਨਿਊ ਹੋਲੈਂਡ ਜਿਹੜਾ ਵਾ ਉਹ ਕੰਪਨੀ ਖਰੀਦੀ ਗਈ ਸੀ ਫੋਰਡ ਵੱਲੋਂ, ਜਿਸ ਕਾਰਨ ਨਿਊ ਹੋਲੈਂਡ ਬਾਅਦ ਵਿੱਚ ਇਸ ਦਾ ਨਾਮ ਆਉਣਾ ਸ਼ੁਰੂ ਹੋਇਆ। ਜਿਵੇਂ ਕਿ ਜਿਹੜੇ ਨਿਊ ਹੋਲੈਂਡ ਟਰੈਕਟਰ ਤੇ ਪਹਿਲਾਂ ਫੋਰਡ ਦੇ ਨਾਮ ਨਾਲ ਵੀ ਆਉਂਦੇ ਰਹੇ ਆ ਅਤੇ ਉਸ ਤੋਂ ਬਾਅਦ ਆਉਂਦੇ ਰਹੇ ਨਿਊ ਹੋਲੈਂਡ ਦੇ ਨਾਮ ਨਾਲ, ਅਤੇ ਇਹ ਇਤਿਹਾਸ ਸੀਗਾ। ਅਤੇ ਇਸ ਤੋਂ ਬਾਅਦ ਜੋ ਆ ਫੋਰਡ ਦਾ ਨਾਮ ਬੰਦ ਕਰਕੇ ਨਿਊ ਹੋਲੈਂਡ ਦਾ ਨਾਮ ਰੱਖਿਆ ਗਿਆ, ਕਿਉਂਕਿ ਉਹ ਕੰਪਨੀ ਦਾ ਪਹਿਲਾਂ ਹੀ ਸਮਝੌਤਾ ਹੋਇਆ ਸੀ ਕਿ 2007 ਤੱਕ ਹੀ ਫੋਰਡ ਦਾ ਨਾਮ ਵਰਤਿਆ ਜਾ ਸਕਦਾ ਵਾ। ਅਤੇ ਅੱਜ ਦਾ ਇਤਿਹਾਸ ਤੁਹਾਨੂੰ ਕਿਹੋ ਜਿਹਾ ਲੱਗਾ, ਕਿਉਂਕਿ ਆਪਾਂ ਇਹੋ ਜਿਹਾ ਇਤਿਹਾਸ ਆਪਾਂ ਹੋਰ ਵੀ ਟਰੈਕਟਰਾਂ ਦੇ ਲੈ ਕੇ ਆਵਾਂਗੇ ਤੁਹਾਡੇ ਲਈ। ਅਤੇ ਅੱਜ ਦਾ ਸੀ ਕਿ ਆਪਾਂ ਇਸ ਟਰੈਕਟਰ ਬਾਰੇ ਪੂਰੀ ਜਾਣਕਾਰੀ ਡਿਟੇਲ ਦੇ ਵਿੱਚ ਦਈਏ। ਅਤੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ।